ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ? ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ। ਤਾਂ ਰਾਜੇ, ਅੱਜ ਤੁਹਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਖੁਸ਼ਖਬਰੀ ਲੈ ਕੇ ਆਇਆ ਮੈਂ। ਅਤੇ ਸਾਰੇ ਕੈਂਡੀਡੇਟ ਨੇ ਰਾਜੇ ਵੀਡੀਓ ਜ਼ਰੂਰ ਦੇਖਣੀ ਹੈ, ਕਿਸੇ ਵੀ ਕੈਂਡੀਡੇਟ ਨੇ ਵੀਡੀਓ ਸਕਿੱਪ ਨਹੀਂ ਕਰਨੀ। ਇਸ ਵੀਡੀਓ ਦੇ ਵਿੱਚ ਰਾਜੇ ਤੁਹਾਡੇ ਸਾਰੇ ਕੰਮ ਦੀਆਂ ਹੀ ਗੱਲਾਂ ਗੀਆਂ। ਜਿਹੜੇ ਕੈਂਡੀਡੇਟ ਜੋਬ ਲੈਣਾ ਚਾਹੁੰਦੇ ਆ, ਨੌਕਰੀ ਲੱਗਣਾ ਚਾਹੁੰਦੇ ਆ, ਠੀਕ ਹੈ ਜੀ, ਸਰਕਾਰੀ ਨੌਕਰੀ, ਤਾਂ ਉਹ ਰਾਜੇ ਕੋਈ ਵੀ ਕੈਂਡੀਡੇਟ ਇਹ ਵੀਡੀਓ ਸਕਿੱਪ ਨਾ ਕਰੇ, ਠੀਕ ਹੈ ਜੀ। ਅਤੇ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਿਸ ਤਰ੍ਹਾਂ ਰਾਜੇ ਭਰਤੀ ਆ ਰਹੀ ਹੈ, ਕਿਹੜੀ ਭਰਤੀ ਆ ਰਹੀ ਹੈ ਨਾ, ਉਹਦੇ ਬਾਰੇ ਗੱਲ ਕਰਦੇ ਹਾਂ ਆਪਾਂ। ਉਸ ਤੋਂ ਪਹਿਲਾਂ ਰਾਜੇ ਤੁਹਾਨੂੰ ਮੈਂ ਦੱਸਣਾ ਚਾਹੁੰਦਾਗਾ ਕਿ ਜਿਹੜੇ ਆਪਣੇ ਰਾਜੇ ਕੋਰਸਾਂ 'ਤੇ ਔਫਰ ਚੱਲ ਰਿਹਾ ਸੀ, ਇਹਦੀ ਰਾਜੇ ਲਾਸਟ ਡੇਟ ਜਿਹੜੀ ਹੈਗੀ ਹੈ ਉਹ 5 ਫਰਵਰੀ ਹੈ। ਲਾਸਟ ਡੇਟ 5 ਫਰਵਰੀ ਹੈ ਰਾਜੇ, ਜਿਹਦੇ ਵਿੱਚ ਪੰਜਾਬ ਪੁਲਿਸ 2024 ਬੀਡੀਓ ਪੰਜਾਬ ਪਟਵਾਰੀ ਆਲ ਪੰਜਾਬ ਦੇ ਐਗਜ਼ਾਮ, ਜਿਹਦੇ ਵਿੱਚ ਆਪਣਾ ਗਰੁੱਪ ਡੀ ਵੀ ਕਵਰ ਹੋਊਗਾ, ਆਲ ਕਲਰਕ ਐਗਜ਼ਾਮ। ਪੰਜਾਬ ਦੇ ਕਿਸੇ ਵੀ ਪੇਪਰ ਤੋਂ ਰਾਜੇ, ਕਿਸੇ ਵੀ ਇੱਕ ਬੈਚ ਤੋਂ ਰਾਜੇ ਤੁਸੀਂ ਪੰਜਾਬ ਦੇ ਸਾਰੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ। ਔਫਰ ਰਾਜੇ ਲਿਮਿਟਡ ਸਮੇਂ ਤੱਕ ਹੈ, 5 ਫਰਵਰੀ ਤੋਂ ਬਾਅਦ ਰਾਜੇ ਇਹ ਔਫਰ ਪੱਕੇ ਤੌਰ 'ਤੇ ਬੰਦ ਹੋ ਜਾਣਾ, ਫਿਰ ਜਿਹੜਾ ਫ੍ਰੈਂਚਾਈਜ਼ ਚੱਲੂਗਾ ਉਹ ਤੁਹਾਡੇ ਸਾਹਮਣੇ ਹੋਊਗਾ, ਠੀਕ ਹੈ। ਜਿੰਨਾ ਬੱਚੇ ਕੋਲ ਆਈਫੋਨ ਆ ਰਾਜੇ, ਉਹਨੇ ਐਪ ਡਾਊਨਲੋਡ ਕਰਨੇ, ਕਲਾਸ ਪਲੱਸ ਅਤੇ ORG ਕੋਡ ਫਿਲ ਕਰਨਾ, ਡਬਲ ਐਕਸ ਰੈਮ। ਔਫਲਾਈਨ ਕਲਾਸਾਂ ਦੇ ਮੁਕਾਬਲੇ ਰਾਜੇ ਤੁਹਾਡੀ ਫੀਸ ਸਿਰਫ ਅਤੇ ਸਿਰਫ 5% ਹੈਗੀ, ਠੀਕ ਹੈ ਜੀ, ਜਿਹਦੇ ਵਿੱਚ ਤੁਹਾਨੂੰ ਇੱਕ ਇੱਕ ਸਾਲ ਦੀਆਂ ਵੈਲਿਡਿਟੀਆਂ ਵੀ ਦਿੱਤੀਆਂ ਜਾਂਦੀਆਂ ਹੈਗੀਆਂ। ਇਹਦੇ ਵਿੱਚ ਤੁਹਾਨੂੰ ਕੀ ਮਿਲੂਗਾ ਰਾਜੇ? ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਤੁਹਾਨੂੰ ਆਲ ਸਬਜੈਕਟਾਂ ਦੇ ਲੈਕਚਰ ਮਿਲਣਗੇ, ਅਤੇ ਸਾਰੇ ਲੈਕਚਰ ਰਾਜੇ ਤੁਹਾਨੂੰ 0 ਲੈਵਲ ਤੋਂ ਮਿਲਣਗੇ, ਠੀਕ ਹੈ ਜੀ। ਅਤੇ 0 ਲੈਵਲ ਤੋਂ ਮਿਲਣ ਤੋਂ ਬਾਅਦ ਰਾਜੇ ਇਹਦੇ ਵਿੱਚ ਜਿਹੜਾ ਵੀ ਤੁਹਾਨੂੰ ਟੋਪਿਕ ਕਰਵਾਇਆ ਜਾਊਗਾ ਉਹ ਪੂਰਾ ਚੰਗੀ ਤਰ੍ਹਾਂ ਕਲੀਅਰ ਕਰਵਾ ਕੇ ਹੀ ਅੱਗੇ ਵਧਿਆ ਜਾਂਦਾ ਰਾਜੇ, ਠੀਕ ਹੈ ਜੀ। ਅਤੇ ਡੇਲੀ ਤੁਹਾਡੀਆਂ ਰਾਜੇ 2 ਤੋਂ 3 ਕਲਾਸਾਂ ਵੀ ਅਪਲੋਡ ਹੁੰਦੀਆਂ, ਕਦੇ 4 ਤੋਂ 5 ਕਲਾਸਾਂ ਵੀ ਅਪਲੋਡ ਹੁੰਦੀਆਂ, ਕਦੇ ਕਦੇ ਵਿੱਚ ਦੀ ਰੈਸਟ ਵੀ ਹੁੰਦੀ ਹੈ, ਠੀਕ ਹੈ ਜੀ। ਹਜੇ ਆਪਣੇ ਕੋਲ ਟਾਈਮ ਪਿਆ ਰਾਜੇ, ਕੰਟੈਂਟ ਦੀ ਆਪਣੀ 100% ਜ਼ਿੰਮੇਦਾਰੀ ਹੋਊਗੀ, ਕਰਵਾਏ ਹੋਏ ਦੇ ਵਿੱਚੋਂ ਬਾਹਰ ਨਹੀਂ ਆਊਗਾ, ਸਿਰਫ ਬੈਚ ਦੇ ਵਿੱਚ ਉਹੀ ਕੈਂਡੀਡੇਟ ਜੁਆਇਨ ਕਰਿਓ ਜਿਹੜੇ ਕਿ ਪੜ੍ਹਨਾ ਚਾਹੁੰਦੇ ਆ। ਦੂਜੇ ਕੈਂਡੀਡੇਟਾਂ ਦੀ ਰਾਜੇ ਕੋਈ ਲੋੜ ਨਹੀਂ ਹੈ ਕਿ ਜਿਹੜੇ ਬੱਚੇ ਪੜ੍ਹਨਾ ਨਹੀਂ ਚਾਹੁੰਦੇ, ਕਿਉਂਕਿ ਬਹੁਤ ਚੀਜ਼ਾਂ ਦੇਖੀਆਂ ਰਾਜੇ, ਬੱਚੇ ਬੈਚ ਲੈ ਕੇ ਮੁੜ ਕੇ ਵਿੱਚ ਦਿਖਾਈ ਨਹੀਂ ਦਿੰਦੇ, ਠੀਕ ਹੈ। ਉਹਦੇ ਨਾਲ ਮੈਨੂੰ ਤਾਂ ਕੋਈ ਨੁਕਸਾਨ ਨਹੀਂ ਹੈਗਾ, ਨੁਕਸਾਨ ਤੁਹਾਡਾ ਗਾ। ਜੇ ਤੁਸੀਂ ਆਪਣੇ ਰੁਪਈਏ ਲਾਇਆ ਤਾਂ ਪਲੀਜ਼ ਉਹ ਚੀਜ਼ ਦਾ ਪੂਰਾ ਮੁੱਲ ਲਓ। ਜਿਹੜੇ ਕੈਂਡੀਡੇਟ ਨੇ ਮੈਥ ਨਹੀਂ ਆਉਂਦਾ ਜੀ, ਫਲਾਨੀ ਚੀਜ਼ ਨਹੀਂ ਆਉਂਦੀ, ਧਮਕੀ ਚੀਜ਼ ਰਾਜੇ, ਸਾਰਾ ਕੁਛ ਤੁਹਾਨੂੰ 0 ਲੈਵਲ ਤੋਂ ਕਰਵਾਊਂਗਾ। ਜਿਵੇਂ ਕਿ ਦੂਜੀਆਂ ਭਰਤੀਆਂ ਦੇ ਵਿੱਚ ਸਭ ਤੋਂ ਵਧੀਆ ਰਿਜ਼ਲਟ ਰਿਹਾ, ਉਸ ਤਰ੍ਹਾਂ ਹੀ ਇਸ ਵਾਰ ਵੀ ਸਭ ਤੋਂ ਵਧੀਆ ਰਿਜ਼ਲਟ ਆਪਣਾ ਰਹਿਣ ਵਾਲਾ ਗਾ, ਠੀਕ ਹੈ ਜੀ। ਆਲ ਸਬਜੈਕਟ ਹੋਣਗੇ ਇਹਦੇ ਵਿੱਚ, ਠੀਕ ਹੈ ਰਾਜੇ, ਬਿਲਕੁਲ ਘਬਰਾਉਣ ਦੀ ਲੋੜ ਨਹੀਂ। ਆਹ ਨੰਬਰ 'ਤੇ ਰਾਜੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ। ਹੁਣ ਰਾਜੇ ਬਹੁਤ ਸਾਰੇ ਬੱਚਿਆਂ ਦੇ ਪ੍ਰੈਸ਼ਨ ਹੈਗਾ ਕਿ ਜਿਹੜੀ ਜਿਹੇ ਗਰੁੱਪ ਡੀ ਦੀ ਭਰਤੀ ਆ ਰਹੀ ਹੈ ਇਹ ਸਰਕਾਰੀ ਹੋਊ ਕਿ ਪ੍ਰਾਈਵੇਟ ਹੋਊ। ਤਾਂ ਰਾਜੇ ਜਿਹੜੀ ਇਹ ਗਰੁੱਪ ਡੀ ਦੀ ਭਰਤੀ ਹੈ ਰਾਜੇ, ਇਹ ਸਰਕਾਰੀ ਨੌਕਰੀ ਹੈ ਤੁਹਾਡੀ, ਠੀਕ ਹੈ ਜੀ। ਸਰਕਾਰੀ ਨੌਕਰੀ ਹੈ ਜਿਹਦੇ ਵਿੱਚ ਤੁਹਾਨੂੰ 18,600 ਕਹਿਣਾ, ਮਤਲਬ ਕਿ 19,500 ਦੇ ਲਗਭਗ ਤਨਖਾਹ ਮਿਲੂਗੀ। ਜਿੰਨੀ ਤਨਖਾਹ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੀ ਹੈ, ਜਿੰਨੀ ਤਨਖਾਹ ਫਾਇਰਮੈਨ ਦੇ ਵਿੱਚ, ਜਿੰਨੀ ਕਲਰਕ ਦੀ ਤਨਖਾਹ ਹੈਗੀ, 19 ਤਨਖਾਹ ਹੀ ਤੁਹਾਨੂੰ ਗਰੁੱਪ ਡੀ ਦੇ ਵਿੱਚ ਮਿਲੂਗੀ, ਸਰਕਾਰੀ ਨੌਕਰੀ ਹੈ ਇਹ, ਠੀਕ ਹੈ ਜੀ। ਹੁਣ ਦੂਸਰਾ ਪ੍ਰਸ਼ਨ ਬੱਚਿਆਂ ਦਾ ਹੈਗਾ ਜੀ, ਇਹ ਫਾਰਮ ਕਦੋਂ ਤੱਕ ਭਰਨੇ ਸ਼ੁਰੂ ਹੋ ਜਾਣਗੇ? ਰਾਜੇ ਮੂਹਰਲੇ ਫਰਵਰੀ ਮਹੀਨੇ ਦੇ ਐਂਡ ਤੱਕ ਤੁਹਾਡੇ ਫਾਰਮ ਭਰਨੇ ਸ਼ੁਰੂ ਹੋ ਜਾਣਗੇ। ਇਸ ਤੋਂ ਬਾਅਦ ਇਹਦੀ ਜਿਹੜੀ ਭਰਤੀ ਹੋਣੀ ਹੈ ਉਹ 4, ਜਦੋਂ ਤੁਹਾਡੇ ਫਾਰਮ ਭਰੇ ਗਏ ਫਰਵਰੀ ਅਤੇ ਮਾਰਚ ਦੇ ਵਿੱਚ, ਇਸ ਤੋਂ 4-5 ਮਹੀਨਿਆਂ ਦੇ ਵਿੱਚ ਤੁਹਾਡਾ ਇਹਨਾਂ ਨੇ ਕੀ ਲੈ ਲੈਣਾ ਗਾ? ਰਿਟਨ ਪੇਪਰ ਲੈ ਲੈਣਾ ਗਾ, ਲਿਖਤੀ ਪੇਪਰ ਦੇ ਹਿਸਾਬ 'ਤੇ ਤੁਹਾਡੀ ਮੈਰਿਟ ਵਾਨੀ ਹੈ, ਠੀਕ ਹੈ ਜੀ। ਔਨਲਾਈਨ ਫਾਰਮ ਜਦੋਂ ਭਰਨ ਲੱਗਾਂਗਾ ਤੁਹਾਨੂੰ ਮੈਂ ਦੱਸੂੰਗਾ। ਕਿੰਨੀ ਯੋਗਤਾ ਵਾਲੇ ਕੈਂਡੀਡੇਟ ਰਾਜੇ ਜੇ ਫਾਰਮ ਭਰ ਸਕਦੇ? ਇਹਦੇ ਵਿੱਚ ਰਾਜੇ 8ਵੀਂ ਵਾਲੇ ਕੈਂਡੀਡੇਟ ਵੀ ਫਾਰਮ ਭਰ ਸਕਣਗੇ, 10ਵੀਂ ਵਾਲੇ ਵੀ, 12ਵੀਂ ਵਾਲੇ ਵੀ। ਗਰੁੱਪ ਡੀ ਦੀ ਪੋਸਟ ਆ ਰਾਜੇ, ਤਾਂ ਕਰਕੇ ਇਹ 'ਚ ਕੁਆਲੀਫਿਕੇਸ਼ਨ ਇੰਨੀ ਰਹਿਣ ਵਾਲੀ ਹੈ। ਦੂਸਰੀ ਗੱਲ, ਇਹ ਕਿਹੜੇ ਵਿਭਾਗ ਦੇ ਵਿੱਚ, ਕਿਹੜੇ ਕਿਹੜੇ ਵਿਭਾਗ ਦੇ ਵਿੱਚ ਇਹ ਭਰਤੀ ਕੀਤੀ ਜਾਊਗੀ? ਦੂਜਾ ਪ੍ਰਸ਼ਨ ਕੈਂਡੀਡੇਟਾਂ ਦਾ ਇਹ ਹੈ ਰਾਜੇ। ਤਾਂ ਜਿਹੜੀ ਰਾਜੇ ਇਹ ਭਰਤੀ ਹੈ ਇਹ ਕਰੀ ਜਾਊਗੀ ਜਿਵੇਂ ਆਪਣੇ ਹੋਸਪਿਟਲ ਹੋ ਗਏ, ਠੀਕ ਹੈ ਜੀ। ਇਹਦੇ 'ਚ ਮੰਨ ਲਓ ਇਹਨਾਂ ਨੇ 20,000 ਪੋਸਟ ਕੱਢਤੀ, 20,000 ਪੋਸਟ ਵਾਸਤੇ ਤੁਹਾਡਾ ਰਿਟਨ ਪੇਪਰ 1 ਹੀ ਲੈਣਾ ਇਹਨਾਂ ਨੇ, ਠੀਕ ਹੈ ਜੀ। ਅੱਗੇ ਇਹ ਦੇਖਣਗੇ
ਕਿ ਤੁਹਾਨੂੰ ਭਾਈ ਸਾਹਿਬ ਇਹਨਾਂ ਨੇ ਹੋਸਪਿਟਲ ਦੇ ਵਿੱਚ ਜੋਬ ਦੇਣੀ ਹੈ, ਤੁਹਾਨੂੰ ਬੈਂਕਾਂ ਦੇ ਵਿੱਚ ਰੱਖਣਾ, ਤੁਹਾਨੂੰ ਸਕੂਲਾਂ ਦੇ ਵਿੱਚ ਰੱਖਣਾ, ਤੁਹਾਨੂੰ ਜਿਵੇਂ ਪਟਵਾਰਖਾਨੇ ਹੁੰਦੇ ਉੱਥੇ ਰੱਖਣਾ, ਤੁਹਾਨੂੰ ਤਹਿਸੀਲਾਂ ਦੇ ਵਿੱਚ ਰੱਖਣਾ, ਠੀਕ ਹੈ ਜੀ। ਹੋ ਸਕਦਾ ਕਿ ਇਹਦੇ ਵਿੱਚ ਕਾਫੀ ਭਰਤੀ ਹੋਮਗਾਰਡ ਦੀ ਵੀ ਇਹਦੇ ਵਿੱਚ ਹੋਵੇ, ਕਿਉਂਕਿ ਹੋਮਗਾਰਡ ਵੀ ਗਰੁੱਪ ਡੀ ਦੇ ਵਿੱਚ ਆ ਜਾਂਦੇ ਆ। ਹੋ ਸਕਦਾ ਹੈਗਾ ਕਾਫੀ ਸਿਕਿਉਰਿਟੀ ਗਾਰਡਾਂ ਦੀ ਵੈਕੈਂਸੀ ਵੀ ਇਹਦੇ ਵਿੱਚ ਹੋਵੇ, ਕਹਿਣ ਦਾ ਮਤਲਬ ਕਿ ਅਲੱਗ ਅਲੱਗ ਵਿਭਾਗਾਂ ਦੀਆਂ ਇਹਦੇ ਵਿੱਚ ਪੋਸਟਾਂ ਹੋਣਗੀਆਂ, ਠੀਕ ਹੈ ਰਾਜੇ, ਕਿ ਕਿਸੇ ਇੱਕ ਵਿਭਾਗ ਦੀ ਨਹੀਂ ਪੋਸਟ ਹੋਊਗੀ, ਅਲੱਗ ਅਲੱਗ ਵਿਭਾਗਾਂ ਦੇ ਵਿੱਚ ਜਿੱਥੇ ਵੀ ਗਰੁੱਪ ਡੀ ਦੇ ਮੁਲਾਜ਼ਮਾਂ ਦੀ ਲੋੜ ਹੈਗੀ, ਠੀਕ ਹੈ ਰਾਜੇ। ਜੋਬ ਬਹੁਤ ਵਧੀਆ, ਤਾਂ ਕਰਕੇ ਤੁਹਾਨੂੰ ਕਹਿਣਾ ਗਾ ਰਾਜੇ ਇਹ ਮੌਕਾ ਗਾ, ਸਰਕਾਰ ਨਵੀਂ ਹੈ ਤਾਂ ਕਰਕੇ ਭਰਤੀਆਂ ਦੇ ਭਰਤੀਆਂ ਤੁਹਾਨੂੰ ਪਤਾ ਆਈ ਜਾਂਦੀਆਂ। ਹੁਣ 20,000 ਭਰਤੀ ਰਾਜੇ ਫਿਰ ਆ ਰਹੀ ਹੈ, ਹੁਣ 20,000 ਭਰਤੀ ਇਹ ਆ ਰਹੀ ਹੈ ਜਿਹੜੀ ਬਾਕੀ ਛੋਟੀਆਂ ਮੋਟੀਆਂ ਭਰਤੀਆਂ ਜਿਵੇਂ ਪੁਲਿਸ ਦੀ ਹੋ ਗਈ 1450, 2,000 ਭਰਤੀ ਅਲੱਗ ਕੋਂਸਟੇਬਲਾਂ ਦੀ ਹੋ ਗਈ, ਪਟਵਾਰੀਆਂ ਦੀ 686 ਹੋ ਗਈ, ਕਲਰਕਾਂ ਦੀ 1,000 ਵੈਕੈਂਸੀ ਆਉਣੀ ਹੈ, ਨੈਬ ਤਹਿਸੀਲਦਾਰ ਉਹ ਜਿਹੜੀ ਤੁਹਾਡੀ 7-8,000 ਭਰਤੀ ਆ ਉਹ ਅਲੱਗ ਹੈਗੀ ਜਿਹੜੀ ਆਉਣੀ ਹੈ ਟੋਟਲ, ਅਤੇ ਆਹ 20,000 ਭਰਤੀ ਤੁਹਾਡੀ ਅਲੱਗ ਹੈਗੀ। ਤਾਂ ਕਰਕੇ ਕਹਿੰਦਾ ਰਾਜੇ ਅੱਜ ਤੋਂ ਯਾਰੀ ਤਿਆਰੀ ਸ਼ੁਰੂ ਕਰੋ ਅਤੇ ਆਪਦਾ ਭਵਿੱਖ ਚਮਕਾਓ। ਤੁਹਾਨੂੰ ਦੱਸਦਾ ਗਰੁੱਪ ਡੀ ਦੀ ਭਰਤੀ ਦਾ ਕੀ ਪਰੂਫ ਆਪਣੇ ਕੋਲ, ਆਹ ਦੇਖੋ ਰਾਜੇ ਵਿਸ਼ਾ ਕੀ ਹੈਗਾ, ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਕਾਰਜ ਖੇਤਰ ਸੰਬੰਧੀ, ਠੀਕ ਹੈ ਜੀ। ਐਪਲੀਕੇਸ਼ਨ ਲਿਖੀ ਗਈ ਹੈ, ਵਿਸ਼ਾ ਇਹਨਾਂ ਦਾ ਇਹ ਹੈਗਾ। ਇਹਦੇ ਵਿੱਚ ਕਿਹਾ ਗਿਆ ਰਾਜੇ ਕਿ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਗਰੁੱਪ ਡੀ ਦੀਆਂ ਅਸਾਮੀਆਂ ਦੀ ਭਰਤੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਕੀਤੀ ਜਾਵੇਗੀ। ਦੇਖੋ ਰਾਜੇ ਤੁਹਾਡੇ ਵਾਸਤੇ ਖੁਸ਼ੀ ਦੀ ਖਬਰ ਹੈ ਕਿ ਭਰਤੀ ਕੀਤੀ ਜਾਵੇਗੀ, ਲਿਖਤਾ ਇਹਨਾਂ ਨੇ, ਠੀਕ ਹੈ ਰਾਜੇ। ਆਹ ਸਾਰਾ ਕੁਛ ਸਹੀ ਹੈਗਾ ਰਾਜੇ, ਕੋਈ ਵੀ ਇਹਦੇ ਵਿੱਚ ਫੇਕ ਅਪਡੇਟ ਨਹੀਂ ਹੈਗੀ, ਬਿਲਕੁਲ ਸਹੀ ਹੈਗਾ। ਅਤੇ ਤੁਹਾਡੇ ਵਾਸਤੇ ਰਾਜੇ ਸਭ ਤੋਂ ਜ਼ਿਆਦਾ, ਇਸ ਤੋਂ ਜ਼ਿਆਦਾ ਖੁਸ਼ੀ ਦੀ ਖਬਰ ਕੋਈ ਨਹੀਂ ਹੋ ਸਕਦੀ, ਠੀਕ ਹੈ ਜੀ। ਠੀਕ ਹੈ ਰਾਜੇ, ਅਤੇ 30/1/2024 ਦਾ ਇਹ ਨੋਟਸ ਹੈਗਾ, ਅਤੇ ਬੇਫਿਕਰ ਹੋ ਜਾਓ ਰਾਜੇ, ਅਤੇ ਤਿਆਰੀ ਜਿਹੜੇ ਕੈਂਡੀਡੇਟ ਹੈ ਰਾਜੇ ਇਹਦਾ ਪੇਪਰ ਕਲੀਅਰ ਕਰਨਾ। ਦੇਖੋ ਇਹਦੇ ਵਿੱਚ ਘੱਟੋ ਘੱਟ ਐਂ ਸਮਝ ਲਓ ਕਿ 4-5 ਲੱਖ ਕੈਂਡੀਡੇਟ ਇਹਦੇ ਵਿੱਚ ਅਪਲਾਈ ਕਰੂਗਾ, ਠੀਕ ਹੈ ਜੀ। 4-5 ਲੱਖ ਕੈਂਡੀਡੇਟ 'ਚ ਅਪਲਾਈ ਕਰੂਗਾ। ਜੇਕਰ ਤੁਸੀਂ ਅੱਜ ਤੋਂ ਹੀ ਰਾਜੇ ਆਪਦੀ ਤਿਆਰੀ ਸ਼ੁਰੂ ਕਰਦੇ ਹੋ, ਅੱਜ ਤੋਂ ਹੀ ਪੜ੍ਹਾਈ ਸ਼ੁਰੂ ਕਰੋਗੇ, ਤਾਂ ਤੁਹਾਡਾ ਕਾਫੀ ਚਾਂਸ ਆ ਰਾਜੇ ਜੋਬ ਲੈਣ ਦਾ, ਠੀਕ ਹੈ ਰਾਜੇ। ਤਾਂ ਇਹੀ ਤੁਹਾਨੂੰ ਪਰੂਫ ਦਿਖਾਉਣਾ ਸੀ ਨਾਲ, ਕਿਉਂਕਿ ਬਿਨਾਂ ਪਰੂਫ ਤੋਂ ਮੈਂ ਕਦੇ ਕੋਈ ਗੱਲ ਕਰਦਾ ਨਹੀਂ ਹੁੰਦਾ। ਜਿਹੜੀ ਚੀਜ਼ ਦੀ ਮੇਰੇ ਕੋਲ ਪੱਕੀ ਅਪਡੇਟ ਹੁੰਦੀ ਹੈ ਸਿਰਫ ਤੁਹਾਡੇ ਤੱਕ, ਅੱਜ ਤੱਕ ਉਹੀ ਚੀਜ਼ਾਂ ਲੈ ਕੇ ਆਏ ਹਾਂ, ਠੀਕ ਹੈ ਰਾਜੇ। ਬਾਕੀ ਤੁਸੀਂ ਜੇ ਕਿਸੇ ਕੈਂਡੀਡੇਟ ਨੂੰ ਮੈਥ ਦੀ ਪ੍ਰੋਬਲਮ ਆਉਂਦੀ ਹੈ, ਰੀਜਨਿੰਗ, GK ਜਾਂ 0 ਲੈਵਲ ਤੋਂ ਤਿਆਰੀ ਕਰਨੀ ਹੈ ਰਾਜੇ, ਆਪਣੇ ਕੋਰਸ ਨਾਲ ਤੁਸੀਂ ਜੁਆਇਨ ਕਰ ਸਕਦੇ ਹੋ। ਧੰਨਵਾਦ।